ਫਾਜ਼ਿਲਕਾ ਦਾ ਚੌਮੁਖੀ ਵਿਕਾਸ ਕਰਾਣਾ ਮੇਰਾ ਪਹਿਲਾ ਫਰਜ਼ ਹੈ ਅਤੇ ਇਸ ਫਰਜ਼ ਲਈ ਮੈਂ ਦਿਨ ਰਾਤ ਕੰਮ ਕਰਦਾ ਰਹਾਂਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਨੇ ਕੀਤਾ। ਉਹਨਾਂ ਵੱਲੋਂ ਨਵੇਂ ਬਣ ਰਹੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਸੜਕ, ਜਿਸ ਨੂੰ LIC ਰੋਡ ਜਾਂ TV ਟਾਵਰ ਦੇ ਨਾਲ ਲੱਗਦੀ ਰੋਡ ਵੀ ਕਿਹਾ ਜਾਂਦਾ ਹੈ, ਦਾ ਮੁਆਇਨਾ ਕੀਤਾ। ਉਹਨਾਂ ਕਿਹਾ ਵੀ ਇਹ ਸੜਕ ਨੂੰ ਉਹ ਸ਼ਹਿਰ ਦੀ ਇੱਕ ਬਹੁਤ ਵਧੀਆ ਸੜਕ ਬਣਾਉਣਗੇ, ਜੋ ਕਿ ਲਗਭਗ 70 ਤੋਂ 72 ਫੁੱਟ ਚੌੜੀ ਬਣੇਗੀ ਅਤੇ ਵਨਵੇ ਬਣੇਗੀ। ਇਸ ਦੇ ਇੱਕ ਪਾਸੇ ਸਰਵਿਸ ਲੈਨ ਵੀ ਦਿੱਤੀ ਜਾਵੇਗੀ ਅਤੇ ਇਸ ਦੇ ਇੱਕ ਪਾਸੇ ਚੌਂਕ ਵੀ ਬਣਾਇਆ ਜਾਊਗਾ, ਜਿਹੜਾ ਕਿ ਬਾਬਾ ਨਾਮਦੇਵ ਚੌਂਕ ਦੇ ਨਾਲ ਜਾ ਕੇ ਲੱਗੇਗਾ, ਅਤੇ ਇੱਥੇ ਬਣੇ ਕੂੜੇ ਡੰਪ ਨੂੰ ਵੀ ਇੱਥੋਂ ਹਟਾ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਫਾਜ਼ਿਲਕਾ ਤੋਂ ਸੀਨੀਅਰ ਕਾਂਗਰਸੀ ਸਤਪਾਲ ਭੁਸਰੀ, ਪਾਰਸ਼ਦ ਰਾਧੇ ਸ਼ਾਮ ਕਸ਼ਪ, ਮਹਾਂਵੀਰ ਪ੍ਰਸ਼ਾਦ, ਅਸ਼ਵਨੀ ਕੁਮਾਰ, ਜਗਦੀਸ਼ ਬਸਵਾਲਾ, ਰਜੇਸ਼ ਗਰੋਵਰ, ਚੇਤਨ ਖੁਰਾਣਾ ਆਦਿ ਮੌਜੂਦ ਸਨ। ਇਸ ਤੋਂ ਬਾਅਦ ਉਹਨਾਂ ਵੱਲੋਂ ਫਾਜ਼ਿਲਕਾ ਦੇ ਵਾਰਡ ਨੰਬਰ 21 ਵਿੱਚ ਦੌਰਾ ਕੀਤਾ ਗਿਆ, ਜੋ ਕਿ ਆਮ ਆਦਮੀ ਪਾਰਟੀ ਦੇ ਪਾਰਸ਼ਦ ਪੂਜਾ ਲੁਥਰਾ ਦਾ ਵਾਰਡ ਹੈ, ਅਤੇ ਉੱਥੇ ਰਹਿੰਦੇ ਸੀਨੀਅਰ ਕਾਂਗਰਸੀ ਸਤਪਾਲ ਭੁਸਰੀ ਨੇ ਪ੍ਰਧਾਨ ਨੂੰ ਵਾਰਡ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ, ਜਿਸ 'ਤੇ ਪ੍ਰਧਾਨ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਸੈਂਟਰੀ ਇੰਸਪੈਕਟਰ ਨਰੇਸ਼ ਖੇੜਾ ਅਤੇ ਸੀਵਰੇਜ ਦੇ ਗੁਰਤੇਜ ਢਿੱਲੋਂ ਨੂੰ ਨਾਲ ਲੈ ਕੇ ਇਸ 'ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਉਹਨਾਂ ਦੇ ਨਾਲ ਠੇਕੇਦਾਰ ਸਾਹਿਲ ਕੁਮਾਰ ਜੈਂਬੋ ਅਤੇ ਕੁਲਦੀਪ ਸਿੰਘ ਇਨਾ ਖੇੜਾ ਵੀ ਮੌਜੂਦ ਰਹੇ। ਇਸ ਮੌਕੇ ਹੋਰ ਉਹਨਾਂ ਨੇ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। LIC ਰੋਡ ਜੇਕਰ ਬਣ ਜਾਵੇ ਤਾਂ ਇਸ ਨਾਲ ਲੋਕਾਂ ਨੂੰ ਕਿਸ ਤਰ੍ਹਾਂ ਸਹੂਲਤ ਹੋਏਗੀ ਜੀ? ਦੇਖੋ ਜੀ, ਬੜੇ ਸਾਲਾਂ ਤੋਂ ਐਵੇਂ ਚੱਲਦੀ ਜਾਂਦੀ ਹੈ, ਬੜੀ ਖੁਸ਼ਕਿਸਮਤੀ ਹੈ ਵੀ ਇਸ ਮੁਹੱਲੇ ਦੇ ਵਿੱਚ ਜੀ ਸੜਕ ਬਣ ਜਾਵੇ ਅਤੇ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ। ਜਿਹੜਾ 1 ਕਰੋੜ ਦੇ ਟ੍ਰੈਫਿਕ ਹੈ, ਟ੍ਰੈਫਿਕ ਵੰਡਿਆ ਜਾਏਗਾ, ਪਰ ਸੜਕ ਬਹੁਤ ਖੁੱਲ੍ਹੀ ਹੈ, ਬਣਨ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ। ਜਿਸ ਤਰ੍ਹਾਂ ਵੀ ਐਡਵੋਕੇਟ ਸੁੰਦਰ ਸਲੇਵਾ ਜੀ ਕੰਮ ਕਰ ਰਹੇ ਨੇ, ਇਸ ਤਰ੍ਹਾਂ ਇਲਾਕਾ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ? ਦੇਖੋ ਜੀ, ਸਾਡੇ ਵਕੀਲ ਭਰਾ ਨੇ ਬੜੇ ਸਾਲਾਂ ਬਾਅਦ ਇਹੋ ਜਿਹੇ ਪ੍ਰਧਾਨ ਜੀ ਸਾਨੂੰ ਮਿਲੇ ਨੇ, ਜਿਹੜੇ ਦਿਨੇ ਰਾਤ ਲੱਗੇ ਰਹਿੰਦੇ ਨੇ। ਇਹਨਾਂ ਨੇ ਆਪਣਾ ਕਚਹਿਰੀ ਦਾ ਕੰਮ ਛੱਡ ਕੇ ਲੋਕਾਂ ਦੀ ਸੇਵਾ ਵਾਸਤੇ ਦਿਨ ਰਾਤ ਇਹ ਕੀਤਾ ਹੈ, ਔਰ ਅਸੀਂ ਤਾਂ ਇਹ ਦੁਆ ਕਰਦੇ ਹਾਂ ਪਰਮਾਤਮਾ ਇਹਨਾਂ ਨੂੰ ਤਰੱਕੀ ਦੇਵੇ, ਇਹ ਐਵੇਂ ਲੱਗੇ ਰਹਿਣ ਅਤੇ ਫਿਰ ਸ਼ਹਿਰ ਵਾਸੀਆਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੋਵੇਗਾ। ਅਸੀਂ ਕਹਿੰਦੇ ਹਾਂ ਵੀ ਇਹੋ ਜਿਹਾ ਪ੍ਰਧਾਨ ਹਮੇਸ਼ਾ ਹੀ ਰਹੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਇਲਾਕੇ ਦੇ ਨੌਜਵਾਨ ਵਿਧਾਇਕ ਸਰਦਾਰ ਜਿੰਦਰ ਸਿੰਘ ਜੀ, ਉਹਨਾਂ ਦੇ ਯਤਨਾਂ ਸਦਕਾ ਬੱਸ ਸਟੈਂਡ ਲਗਭਗ ਕੰਪਲੀਟ ਹੋਣ ਜਾ ਰਿਹਾ ਹੈ। ਤੋ ਬੱਸ ਸਟੈਂਡ ਤੋਂ ਸ਼ੁਰੂਆਤ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇਹ LIC ਰੋਡ ਜਿਹੜੀ ਬੱਸ ਸਟੈਂਡ ਦੇ ਵਾਸਤੇ ਬੱਸਾਂ ਦੇ ਵਾਸਤੇ ਐਂਟਰੀ ਵੀ ਇੱਥੋਂ ਹੋਣੀ ਹੈ ਅਤੇ ਬੱਸਾਂ ਐਗਜਿਟ ਵੀ ਇੱਥੋਂ ਹੀ ਹੋਣੀ ਹੈ। ਇਸ ਰੋਡ ਦਾ ਨਿਰਮਾਣ ਜਿਹੜਾ ਹੈ ਸਾਡੇ ਵਿਧਾਇਕ ਜੀ ਜਲਦ ਤੋਂ ਜਲਦ ਸ਼ੁਰੂ ਕਰਵਾਉਣ ਜਾ ਰਹੇ ਨੇ। ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਮੈਂ ਅੱਜ ਇੱਥੇ ਮੌਕਾ ਦੇਖਣ ਆਇਆ। ਮੇਰੇ ਨਾਲ ਸਾਡੇ ਨਗਰ ਕੌਂਸਲ ਦੀ ਟੀਮ, ਸਾਡੇ JE ਸਾਹਿਬ, ਹੋਰ ਵੀ ਸਾਰੇ ਜਿਹੜੇ ਅਧਿਕਾਰੀ ਔਰ ਕਰਮਚਾਰੀ ਪਹੁੰਚੇ ਹੈ। ਇਸ ਸੜਕ ਦੇ ਦਾ ਜਿਹੜੀ ਹੈ ਉਹ ਕਰੀਬ 72 ਫੁੱਟ ਚੜ੍ਹਾਈ ਹੈ, ਔਰ ਇਹ ਸੜਕ ਅਸੀਂ ਬਹੁਤ ਜ਼ਿਆਦਾ ਬਿਊਟੀਫਾਈ ਕਰਨੀ ਹੈ। ਡਿਵਾਈਡਰ ਵੀ ਬਣੇਗਾ, ਡਿਵਾਈਡਰ ਦੇ ਦੋਨੋਂ ਸਾਈਡ 'ਤੇ 19-19 ਫੁੱਟ ਦੀ ਸੜਕ ਹੋਏਗੀ, ਔਰ ਉਸਦੇ ਨਾਲ 10-10 ਫੁੱਟ ਸਰਵਿਸ ਲੇਨ ਹੋਏਗੀ, ਔਰ 5-5 ਫੁੱਟ ਦਾ ਦੋਨੋਂ ਸਾਈਡ 'ਤੇ ਜਿਹੜਾ ਹੈ ਉਹ ਅਸੀਂ ਫੁੱਟਪਾਥ ਦੇ ਰਹੇ ਹਾਂ। ਜਨਤਾ ਦੀ, ਪਬਲਿਕ ਦੀ ਹਰ ਤਰ੍ਹਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਿਆ ਜਾਏਗਾ। ਲਾਈਟ ਦਾ ਪ੍ਰੋਪਰ ਅਰੇਂਜਮੈਂਟ ਕਰਾਂਗੇ, ਪਾਣੀ ਦੀ ਨਿਕਾਸੀ ਦਾ ਪ੍ਰੋਪਰ ਅਰੇਂਜਮੈਂਟ ਕਰਾਂਗੇ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਹ ਸੋਚਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈ ਲਗਭਗ 1,25,00,000 ਰੁਪਏ ਦੀ ਲਾਗਤ ਦੀ ਇਸ ਦੀ ਮਨਜ਼ੂਰੀ ਮਿਲੀ ਹੈ, ਔਰ ਸਾਡੀ ਕੋਸ਼ਿਸ਼ ਹੋਵੇਗੀ ਕਿ 1 ਹਫ਼ਤੇ ਦੇ ਵਿੱਚ ਜਿਹੜੇ ਸਾਡੇ ਦਵਿੰਦਰ ਸਿੰਘ MLA ਸਾਹਿਬ ਇਸ ਸੜਕ ਦਾ ਆ ਕੇ ਜਿਹੜਾ ਹੈ ਨੀਂਹ ਪੱਥਰ ਰੱਖਣਗੇ। ਅੱਜ ਉਸਦਾ ਮੁਆਇਨਾ ਕਰਨ ਵਾਸਤੇ ਮੈਂ ਔਰ ਮੇਰੇ ਸਾਥੀ ਇੱਥੇ ਪਹੁੰਚੇ। ਜਿਵੇਂ ਦੱਸਿਆ ਵੀ 1 ਕਰੋੜ 25 ਲੱਖ ਲਾਗਤ ਸ਼ੁਰੂ ਹੋਏਗਾ ਕੰਮ, ਅਤੇ ਇਹ ਸ਼ੁਰੂ ਹੋਣ ਤੋਂ ਬਾਅਦ ਕਿੰਨੀ ਦੇਰ ਤੱਕ ਖਤਮ ਹੋਏਗਾ ਅਤੇ ਕਦੋਂ ਤੱਕ ਇਸ 'ਤੇ? ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਇਸ ਨੂੰ 2 ਮਹੀਨੇ ਦੇ ਵਿੱਚ ਜਿਹੜਾ ਹੈ ਤਿਆਰ ਕਰ ਦਈਏ। ਬਾਕੀ ਮੌਸਮ ਦੇ ਉੱਪਰ ਡਿਪੈਂਡ ਕਰਦਾ, ਕਈ ਵਾਰੀ ਕੋਈ ਹਾਲਾਤ ਅਜੇ ਬਣ ਜਾਂਦੇ ਨੇ ਅਤੇ ਕੰਮ ਲੰਬਾ ਹੋ ਜਾਂਦਾ, ਪਰ ਸਾਡਾ ਟਾਰਗੇਟ ਇਹ ਹੈ ਵੀ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਜਨਤਾ ਦੇ ਸਪੁਰਦ ਕਰਾਂ। ਜਿਵੇਂ ਇਹ ਸੜਕ ਬਣੀ, ਇਸ ਨਾਲ TV ਟਾਵਰ ਹੋਇਆ, ਇਸ ਦੇ ਸਾਹਮਣੇ ਕੂੜੇ ਡੰਪ ਵੀ ਬਣਿਆ, ਜਦੋਂ ਸੜਕ ਬਣੇਗੀ ਕੀ ਇਹ ਕੂੜੇ ਡੰਪ ਚੱਕਿਆ ਜਾਏਗਾ ਜਾਂ ਇੱਥੇ ਇਸ ਤਰ੍ਹਾਂ ਰਹਿਣ ਤਾਂ ਜਾਏਗਾ? ਸਾਡੇ MLA ਸਾਹਿਬ ਦੀ ਜਿਹੜੀ ਅਗਾਂਹ ਵਧੂ ਸੋਚ ਦੇ ਮੁਤਾਬਕ ਅਸੀਂ ਇਹ ਸੋਚ ਰਹੇ ਹਾਂ ਕਿ ਆਹ ਪਿੱਛੇ ਤੁਸੀਂ ਦੇਖ ਰਹੇ ਹੋ, ਪਿੱਛੇ ਸਬਜ਼ੀ ਦੀਆਂ ਰੇਹੜੀਆਂ ਲੱਗੀਆਂ, ਖੋਖੇ ਲੱਗੇ ਹੋਏ ਆ, ਲੋਕ ਨਜਾਇਜ਼ ਕਬਜ਼ੇ ਕਰ ਰਹੇ ਆ। ਅਸੀਂ ਚਾਹੁੰਦੇ ਹਾਂ ਵੀ ਜਦੋਂ ਬੱਸ ਸਟੈਂਡ ਦੀ ਸਵਾਰੀ ਬੱਸ ਤੋਂ ਉਤਰੇ ਉਸਦੀ ਸ਼ਹਿਰ ਦੇ ਵਿੱਚ ਐਂਟਰੀ ਇਸ ਰਸਤੇ ਤੋਂ ਹੋਵੇ, ਔਰ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਚੌਂਕ ਹੈ ਇਸ ਨੂੰ ਵੀ ਬਹੁਤ ਖੂਬਸੂਰਤ ਬਣਾਇਆ ਜਾਵੇ, ਤਾਂ ਕਿ ਜਿਹੜਾ ਵੀ ਸ਼ਹਿਰ ਦੇ ਵਿੱਚ ਲੋਕ
एंटर करे उस उपर अच्छा प्रभाव पवे। उस वास्ते जेकर सानू सारा डंप स्टेशन कितने होर भी शिफ्ट करना पाया तो असीं कर देंगे। वार्ड नंबर 21 विच बने सड़क के किनारे ते ये ओ कार गैरेज हन जिस करके इस दे थले गंदे पानी की निकासी लई जारी नाली पूरी तरह बंद हो गई है, जिथे मालकां नूं बना के इस विच जालियां लाण दा फौरी तौर पर कहा गया, नहीं तो नगर कौंसल वालों इस दे जो रैंप ने ओ खत्म कर दिते जाणगे। ABN न्यूज़ चैनल देखने वाले सभी दर्शकों से हम अपील करते हैं कि ABN न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।